ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਭਾਰਾ। 16ਵੇਂ ਭਾਗ ਵਿੱਚ ਸੁਣੋ ਸ਼ਹੀਦ ਹਰਪ੍ਰੀਤ ਕੌਰ ਸੁਲਤਾਨਵਿੰਡ, ਸ਼ਹੀਦ ਮਾਤਾ ਗੁਰਦਿਆਲ ਕੌਰ ਭਵਾਨੀਗੜ੍ਹ ਅਤੇ ਸ਼ਹੀਦ ਬੀਬੀ ਕਿਰਪਾਲ ਕੌਰ ਸ਼ੇਰਾਂਵਾਲੀ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 21 ਹਾੜ ਸੰਮਤ 524, 25 ਜੂਨ 1992। ਸਮਾਂ ਦੁਪਹਿਰ। ਸ਼ੇਰਾਂਵਾਲਾ ਗੇਟ, ਸ੍ਰੀ ਅੰਮ੍ਰਿਤਸਰ। ਸਿਵਿਆਂ ਦੀ ਰਾਗ ਫਰੋਲਦਿਆਂ ਸਾਨੂੰ ਉਹਦੀਆਂ 3 ਨਿਸ਼ਾਨੀਆਂ ਲੱਭੀਆਂ ਜਿਨ੍ਹਾਂ ਤੋਂ ਉਸਦੇ ਸਿਵੇ ਦੀ ਪਛਾਣ ਹੋਈ। ਇੱਕ ਗੋਲੀ ਜਿਹੜੀ ਨੇੜਿਓਂ ਮਾਰਨ ਕਰਕੇ ਸਰੀਰ 'ਚ ਹੀ ਰਹਿ ਗਈ ਸੀ, ਪਿੱਤਲ ਦਾ ਖੋਲ ਸੀ। ਦੂਜੀਆਂ ਦੋ ਇਹ ਨੇ, ਇੱਕ ਕੜਾ ਅਤੇ ਇੱਕ ਚਾਂਦੀ ਦੀ ਛਾਪ। ਮੈਥੋਂ ਗਲਤੀ ਇਹ ਹੋ ਗਈ ਕਿ ਗੋਲੀ ਵਾਲਾ ਪਿੱਤਲ ਤਾਂ ਖੋਲ ਸੁੱਟ ਆਈ ਅਤੇ ਇਹ ਜਿਹੜੀਆਂ ਦੋ ਨਿਸ਼ਾਨੀਆਂ ਤੁਹਾਨੂੰ ਦਿਖਾ ਰਹੀ ਹਾਂ ਨਾਲ ਲੈ ਆਈ। ਮਾਸੂਮ ਬੱਚੀ ਸ਼ਹੀਦ ਹਰਪ੍ਰੀਤ ਕੌਰ ਦੀ ਵੱਡੀ ਭੈਣ ਨਿਰਮਲਜੀਤ ਕੌਰ ਉਸਦੇ ਸਿਵਿਆਂ ਦੀ ਨਿਸ਼ਾਨੀ ਦਿਖਾਉਂਦੀ ਦੱਸਦੀ ਹੈ। 10ਵੀਂ 'ਚ ਪੜ੍ਹਦੀ ਸੀ ਉਹ ਉਦੋਂ। ਸਾਡੀਆਂ ਦੋਹਾਂ ਭੈਣਾਂ ਦੀਆਂ ਨਵੀਆਂ ਜੁੱਤੀਆਂ ਦੀ ਸਾਈ 'ਤੇ ਨਾਪਾ ਦਿੱਤਾ ਹੋਇਆ ਸੀ। ਸਾਈਕਲ 'ਤੇ ਚਾਅ ਨਾਲ ਅੰਮ੍ਰਿਤਸਰੋਂ ਨਵੀਆਂ ਜੁੱਤੀਆਂ ਲੈਣ ਜਾ ਰਹੀ ਸੀ। ਇੱਕ ਇਹ ਸਾਡੀ ਕੁੜੀ ਅਤੇ 3 ਹੋਰ ਮੁੰਡੇ। ਉੱਥੇ ਉਦੋਂ BR ਮਾਡਲ ਸਕੂਲ ਹੁੰਦਾ ਸੀ, ਉਸੇ ਸਕੂਲ 'ਚੋਂ ਚੁੱਕੇ ਬਹੁਤ ਜ਼ਾਲਮ ਪੁਲਿਸ ਅਫਸਰ ਸੀ ਦਰਸ਼ਨ ਲਾਲ, ਜਿਹਨੇ ਚਾਰਾਂ ਨੂੰ ਮਜੀਠੇ ਵਾਲੀ ਸੜਕ 'ਤੇ ਗੋਪਾਲ ਨਗਰ 'ਚ ਮੁਕਾਬਲਾ ਬਣਾ ਕੇ ਮਾਰ ਦਿੱਤਾ ਅਤੇ ਆਪ ਹੀ ਉਹਨਾਂ ਦੀਆਂ ਲੋਥਾਂ ਸੀਤਲਾ ਮੰਦਰ ਵਾਲੇ ਸਿਵਿਆਂ 'ਚ ਫੂਕ ਦਿੱਤੀਆਂ। ਵੀਰਵਾਰ ਅਤੇ ਸ਼ੁੱਕਰਵਾਰ ਅਸੀਂ ਭਾਲ ਭਾਲ ਕਮਲੇ ਹੋ ਗਏ। ਅਸੀਂ ਰੋਣਾ ਪਿੱਟਣਾ ਤਾਂ ਸੀ ਹੀ, ਹੋਰ ਕੀ ਕਰਦੇ। ਅਤੇ ਸ਼ਨੀਵਾਰ ਨੂੰ ਸਾਨੂੰ ਸਾਡੇ ਗੁਆਂਢੀਆਂ ਨੇ ਪੰਜਾਬ ਕੇਸਰੀ ਅਖਬਾਰ ਦਿਖਾਇਆ ਕਿ ਰਾਣੋ ਅਤੇ 3 ਹੋਰਾਂ ਨੂੰ ਪੁਲਿਸ ਮੁਕਾਬਲੇ 'ਚ ਮਾਰਤਾ। ਫਿਰ ਅਸੀਂ ਆਸੇ ਪਾਸੇ ਦੇ ਸਿਵਿਆਂ ਦੀ ਅਰਾਖ ਫਰੋਲਣੀ ਸ਼ੁਰੂ ਕੀਤੀ। ਉਹਦੇ ਪਰਸ 'ਚੋਂ 14-15 ਖਾੜਕੂ ਸਿੰਘਾਂ ਦੇ ਭੋਗਾਂ ਦੀਆਂ ਕਟੀਆਂ ਮਿਲੀਆਂ। ਸਾਡੇ ਕੋਈ ਭਰਾ ਨਹੀਂ ਸੀ, ਉਹ ਕਹਿੰਦੀ ਰਹਿੰਦੀ ਸੀ ਕਿ ਭੈਣੇ ਇਹ ਸਾਰੇ ਆਪਣੇ ਵੀਰ ਨੇ। ਇੱਕ ਚਸ਼ਮਦੀਦ ਗਵਾਹ ਦੀ ਜ਼ੁਬਾਨੀ। ਅੱਜ ਕੋਈ ਵੀ ਸਿੱਖ ਸੂਰਤ ਵਾਲਾ ਸੁੱਕਾ ਨਹੀਂ ਜਾਣ ਦੇਣਾ ਚਾਹੀਦਾ, ਉੱਪਰੋਂ ਸਾਹਿਬ ਦਾ ਹੁਕਮ ਹੈ। ਹੁਣ ਅੱਤਵਾਦ ਖਤਮ ਕਰਕੇ ਹੀ ਸਾਹ ਲੈਣਾ। ਬਹੁਤ ਅੱਤ ਚੁੱਕੀ ਹੋਈ ਹੈ ਇਹਨਾਂ ਆਤੰਕਵਾਦੀਆਂ ਨੇ। ਅੱਤਵਾਦ ਦੇ ਬੋੜ ਦੀ ਜੜ੍ਹ ਵੱਢਣੀ ਸ਼ੁਰੂ ਹੋ ਗਈ ਹੈ, ਫਿਰ ਤਾਂ ਟਾਹਣੀਆਂ ਜਿਹੀਆਂ ਹੀ ਰਹਿ ਜਾਣੀਆਂ ਨੇ। ਅੰਮ੍ਰਿਤਸਰ ਦੇ ਸ਼ੇਰਾਂਵਾਲਾ ਗੇਟ ਕੋਲ ਲਾਏ ਨਾਕੇ 'ਤੇ ਪੁਲਿਸ ਅਫਸਰ ਦਰਸ਼ਨ ਲਾਲ ਨੇ ਆਪਣੀ ਟੋਪੀ ਨੂੰ ਸੱਜੇ ਹੱਥ ਨਾਲ ਸਿਰ ਤੋਂ ਲਾਉਂਦਿਆਂ ਦੂਜੇ ਮੁਲਾਜ਼ਮਾਂ ਨੂੰ ਹੁਕਮ ਦਿੱਤਾ। ਸੜਕ ਤੋਂ ਲੰਘਣ ਵਾਲਿਆਂ 'ਚੋਂ ਪੱਗਾਂ ਦਾੜੀਆਂ ਵਾਲੇ ਨੌਜਵਾਨਾਂ ਲੜਕਿਆਂ ਨੂੰ ਅੱਡ ਅੱਡ ਕਤਾਰਾਂ 'ਚ ਬਿਠਾਇਆ ਜਾਣ ਲੱਗਿਆ। ਸਿੱਖ ਨੌਜਵਾਨਾਂ ਨੂੰ ਮਾਰਨ ਲਈ ਪੁਲਿਸ ਨੂੰ ਦਿੱਤੀ ਖੁੱਲ੍ਹੀ ਛੁੱਟੀ ਕਾਰਨ ਹਰ ਇੱਕ ਨੌਜਵਾਨ ਦੇ ਅੰਦਰ ਧੁੜਕੂ ਸੀ ਕਿ ਹੁਣ ਸ਼ਾਇਦ ਹੀ ਉਹਨਾਂ ਨੂੰ ਬਚਣ ਦਾ ਮੌਕਾ ਮਿਲੇ। ਰੋਕ ਰੋਕ ਅੱਗੇ ਹੋ ਕੇ ਰੋਕ ਦਿਸਦਾ ਨਹੀਂ, ਕਿੱਧਰ ਮੂੰਹ ਚੁੱਕੀ ਖੜਾ। ਦਰਸ਼ਨ ਲਾਲ ਨੇ ਮੁਲਾਜ਼ਮ ਨੂੰ ਘੂਰ ਕੇ ਕਿਹਾ, ਪਰ ਸਰ ਉਹ ਤਾਂ ਸਾਈਕਲ 'ਤੇ ਲੜਕੀ ਹੈ ਅਤੇ ਹੈ ਵੀ ਛੋਟੀ ਉਮਰ ਦੀ, ਤਾਂ ਕੀ ਹੋਇਆ, ਸਪੋਲੀਏ ਹੀ ਵੱਡੇ ਹੋ ਕੇ ਸੱਪ ਬਣਦੇ ਨੇ, ਹੋਰ ਸੱਪ ਉਤਾਂਹ ਤੋਂ ਡਿੱਗਦੇ ਨੇ, ਐਵੇਂ ਲੱਗਦੀ ਹੈ ਛੋਟੀ ਜਿਹੀ, ਇਹੋ ਜਿਹੀ ਕੱਲ੍ਹ ਨੂੰ ਮਨੁੱਖੀ ਬੰਬ ਬਣ ਕੇ ਥਾਣੇ ਨੂੰ ਉਡਾ ਦਿੰਦੀ ਹੈ। ਓਏ ਕੁੜੀਏ ਰੋਕ, ਕਿੱਧਰ ਮੂੰਹ ਚੁੱਕਿਆ, ਝੋਲੇ 'ਚ ਕੀ ਹੈ। ਪੁਲਿਸ ਮੁਲਾਜ਼ਮ ਨੇ
ਉਸ ਮਾਸੂਮ ਲੜਕੀ ਦੇ ਸਾਈਕਲ ਦੇ ਹੈਂਡਲ ਨੂੰ ਫੜ ਕੇ ਗੰਦੀ ਝਾਕਣੀ ਝਾਕ ਕੇ ਸਵਾਲ ਕੀਤਾ। ਸਰ, ਜੁੱਤੀਆਂ ਬਣਾਉਣੀਆਂ ਦਿੱਤੀਆਂ ਹੋਈਆਂ ਨੇ ਜੀ, ਉਹ ਲੈਣ ਚੱਲੀ ਹਾਂ, ਭੋਲੀ ਜੀ ਲੜਕੀ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ। ਕਿੱਥੋਂ ਦੀ ਹੈ ਤੂੰ, ਕੰਮ ਕੀ ਕਰਦੀ ਹੈ? ਸੁਲਤਾਨਵਿੰਡ ਪਿੰਡ ਹੈ ਸਰ ਮੇਰਾ, 10ਵੀਂ 'ਚ ਪੜ੍ਹਦੀ ਹਾਂ ਜੀ। ਬਾਲੀ, ਇੰਟਰਵਿਊ ਕਿਉਂ ਲੈਣ ਡਿਆਂ? ਇਹਦੀ ਤਲਾਸ਼ੀ ਲੈ ਤਲਾਸ਼ੀ, ਦਰਸ਼ਨ ਲਾਲ ਨੇ ਖਿਝ ਕੇ ਮੁਲਾਜ਼ਮ ਨੂੰ ਕਿਹਾ। ਸਰ, ਅਖਬਾਰ ਨੇ ਅਤੇ ਅਖਬਾਰਾਂ 'ਚ ਕੁਝ ਮਰੇ ਅੱਤਵਾਦੀਆਂ ਦੇ ਭੋਗ ਦੀਆਂ ਕਟਿੰਗਾਂ, ਹੋਰ ਕੁਝ ਨਹੀਂ। ਸਾਲਾ, ਹੋਰ ਕੁਝ ਨਹੀਂ ਦਾ, ਬੰਬ ਤਾਂ ਮਿਲ ਗਿਆ, ਹੋਰ ਕੀ ਭਾਲਦਾ? ਦਰਸ਼ਨ ਦੇ ਹੱਥ ਜਿਵੇਂ ਕੋਈ ਵੱਡੀ ਪ੍ਰਾਪਤੀ ਲੱਗ ਗਈ ਹੋਵੇ, ਉਸ ਨੇ ਮਾਸੂਮ ਲੜਕੀ ਨੂੰ ਘੂਰਦਿਆਂ ਕਿਹਾ। ਹਾਂ ਕੁੜੀਏ, ਇਹ ਕੀ ਪੂਰਾ ਅੱਤਵਾਦ ਨਾਲ ਚੁੱਕੀ ਫਿਰਦੀ ਹੈ? ਨਹੀਂ ਸਰ, ਅੱਤਵਾਦ ਵਾਲੀ ਕੋਈ ਗੱਲ ਨਹੀਂ, ਅਸਲ 'ਚ ਮੇਰਾ ਕੋਈ ਭਰਾ ਨਹੀਂ ਅਤੇ ਇਹਨਾਂ 'ਚ ਮੈਨੂੰ ਮੇਰੇ ਵੀਰ ਨਜ਼ਰ ਆਉਂਦੇ ਨੇ, ਉਸ ਨੇ ਭੋਲੇਪਣ ਨਾਲ ਜਵਾਬ ਦਿੱਤਾ। ਕਿਉਂ, ਕਿਹਾ ਨਹੀਂ ਸੀ ਬਈ ਸੁਪੋਲਿਆਂ ਨੂੰ ਦੁੱਧ ਨਹੀਂ ਪਿਆਈਦਾ ਹੁੰਦਾ ਹੌਲਦਾਰਾ? ਅੱਛਾ, ਵੀਰ ਨੇ ਤੇਰੇ, ਅਤੇ ਜਿਹੜੇ ਇਹ ਨਿਰਦੋਸ਼ ਲੋਕਾਂ ਦੇ ਖੂਨ ਨਾਲ ਹੱਥ ਰੰਗਦੇ ਨੇ, ਉਹ ਤੇਰੇ ਭਰਾ ਨੇ? ਪਾਸੇ 'ਤੇ ਬਿਠਾ ਲਓ, ਹੋਰ ਵੀ ਬਹੁਤ ਕੁਛ ਨਿਕਲੂ। ਮਾਸੂਮ ਲੜਕੀ ਦਾ ਦਿਲ ਧੜਕਣ ਲੱਗਿਆ। ਨਿੱਤ ਦਿਨ ਉਹ ਪੰਜਾਬ ਦੀ ਇਸ ਖੂੰਖਾਰ ਪੁਲਿਸ ਵੱਲੋਂ ਨੌਜਵਾਨ ਮੁੰਡੇ ਕੁੜੀਆਂ, ਬਜ਼ੁਰਗਾਂ, ਔਰਤਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਮਾਰਨ ਦੀਆਂ ਖਬਰਾਂ ਪੜ੍ਹਦੀ ਰਹਿੰਦੀ ਸੀ। ਇਸ ਲੜਕੀ ਸਮੇਤ ਦੂਜੇ ਬਿਠਾਏ ਸਾਰੇ ਸਿੱਖ ਨੌਜਵਾਨਾਂ ਦੇ ਮੂੰਹਾਂ 'ਤੇ ਪੱਟੀਆਂ ਬੰਨ੍ਹ ਦਿੱਤੀਆਂ ਅਤੇ ਨੇੜੇ ਹੀ ਸਕੂਲ 'ਚ 3 ਹੋਰ ਵਿਦਿਆਰਥੀ ਚੱਕ ਕੇ ਪੁਲਿਸ ਗੱਡੀਆਂ 'ਚ ਤਾੜ ਕੇ ਲੈ ਗਏ। ਅਸਲ ਵਿੱਚ ਮਾਸੂਮ ਹਰਪ੍ਰੀਤ ਕੌਰ ਵਰਗੀਆਂ 2 ਭੈਣਾਂ ਹੀ ਸਨ। ਉਹਨਾਂ ਦੇ ਭਰਾ ਨਾ ਹੋਣ ਕਰਕੇ ਹਰਪ੍ਰੀਤ ਕੌਰ ਖਾੜਕੂ ਸਿੰਘਾਂ ਵੱਲੋਂ ਕੀਤੇ ਜਾਂਦੇ ਚੰਗੇ ਕੰਮ, ਖਾਸ ਕਰਕੇ ਧੀਆਂ ਭੈਣਾਂ ਦੀ ਇੱਜ਼ਤ ਪ੍ਰਤੀ ਮਾੜੀ ਨਜ਼ਰ ਰੱਖਣ, ਦਾਜ ਦਹੇਜ ਕਾਰਨ ਧੀਆਂ ਨੂੰ ਛੱਡਣ ਜਾਂ ਮਾਰਨ ਵਾਲਿਆਂ ਆਦਿ ਨੂੰ ਸੁਧਾਰਨ ਦੀ ਮੁਹਿੰਮ ਤੋਂ ਉਹਨਾਂ ਦਾ ਦਿਲੋਂ ਸਤਿਕਾਰ ਕਰਦੀ ਹੋਈ ਉਹਨਾਂ ਨੂੰ ਆਪਣੇ ਸਕੇ ਭਰਾ ਮੰਨਦੀ ਸੀ। ਉਸ ਮਾਸੂਮ ਨੂੰ ਕੀ ਪਤਾ ਸੀ ਕਿ ਉਸ ਦੀ ਇਹਨਾਂ ਰਿਸ਼ਤਿਆਂ ਪ੍ਰਤੀ ਭਾਵਨਾਤਮਕ ਸੋਚ ਕਾਰਨ ਹੀ ਦਰਿੰਦੇ ਉਸ ਨੂੰ ਜਾਨੋਂ ਮਾਰ ਦੇਣਗੇ। ਜਨਮ ਅਤੇ ਪਰਿਵਾਰਕ ਪਿਛੋਕੜ। ਹਰਪ੍ਰੀਤ ਕੌਰ ਰਾਣੋ ਦੀ ਬਿਰਧ ਮਾਂ ਮਨਜੀਤ ਕੌਰ, ਉਮਰ 76 ਸਾਲ, ਨੇ ਦੱਸਿਆ ਕਿ ਰਾਣੋ ਦਾ ਜਨਮ 1976 'ਚ ਪਿੰਡ ਸੁਲਤਾਨਵਿੰਡ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਸਰਦਾਰ ਅਜੀਤ ਸਿੰਘ ਸੀ, ਜੋ ਸਹਿਕਾਰੀ ਸਭਾ 'ਚ ਮੁਲਾਜ਼ਮ ਸਨ। ਉਹਨਾਂ ਦੇ ਕੇਵਲ 2 ਭੈਣਾਂ, ਵੱਡੀ ਨਿਰਮਲਜੀਤ ਕੌਰ ਅਤੇ ਛੋਟੀ ਹਰਪ੍ਰੀਤ ਕੌਰ ਸਨ। ਛੋਟੀ ਹਰਪ੍ਰੀਤ ਕੌਰ ਉਸ ਵੇਲੇ 10ਵੀਂ ਜਮਾਤ ਵਿੱਚ ਪੜ੍ਹਦੀ ਸੀ। ਬੱਚੀ ਹਰਪ੍ਰੀਤ ਕੌਰ ਦਾ ਕਸੂਰ, ਇੱਕ ਮਾਸੂਮ ਬੱਚੀ ਪਾਸੋਂ ਕੇਵਲ ਅਤੇ ਕੇਵਲ ਖਾੜਕੂਆਂ ਦੇ ਭੋਗ ਦੀਆਂ ਕਾਪੀਆਂ ਜਾਂ ਅਖਬਾਰ ਮਿਲਣੇ ਹੀ ਬੱਜਰ ਗੁਨਾਹ ਹੋ ਗਿਆ। ਨਾ ਕੋਈ ਤਫਤੀਸ਼, ਨਾ ਜਾਂਚ, ਨਾ ਗ੍ਰਿਫਤਾਰੀ, ਨਾ ਸਜ਼ਾ, ਬਸ ਸਿੱਧਾ ਹੀ ਸਜ਼ਾਏ ਮੌਤ। ਇਕੱਲੀ ਇਸ ਲੜਕੀ ਨੂੰ ਹੀ ਨਹੀਂ, ਸਗੋਂ ਦੂਜੇ ਫੜੇ ਸਾਰੇ ਨੌਜਵਾਨ ਵੀ ਵੱਖ ਵੱਖ ਸਮੇਂ ਅੱਡ ਅੱਡ ਪੁਲਿਸ ਮੁਕਾਬਲਿਆਂ 'ਚ ਮਾਰੇ ਅੱਤਵਾਦੀ ਦਰਸਾ ਦਿੱਤੇ। ਪਰਿਵਾਰ ਅਤੇ ਪਿੰਡ ਵਾਲਿਆਂ ਨੇ 15 ਸਾਲ ਦੀ ਇਸ ਮਾਸੂਮ ਬਾਲੜੀ ਨੂੰ ਹਿੰਦੁਸਤਾਨੀ ਹਕੂਮਤ ਦੇ ਜ਼ਾਲਮ ਪੰਜੇ 'ਚੋਂ ਛਡਵਾਉਣ ਲਈ ਬੜੀ ਭੱਜ ਨੱਠ ਕੀਤੀ। ਕਈ ਪੁਲਿਸ ਅਫਸਰਾਂ ਨੂੰ ਮਿਲ ਕੇ ਹਾੜੇ ਕੱਢੇ। ਇਹ ਵੀ ਕਿਹਾ ਕਿ ਲੜਕੀ ਦੇ ਕੰਮਾਂ ਕਾਰਵਾਈਆਂ ਦੀ ਜਾਂਚ ਕੀਤੀ ਜਾਵੇ, ਜੇ ਕੁਝ ਵੀ ਗਲਤ ਨਿਕਲਿਆ ਤਾਂ ਉਹ ਜ਼ਿੰਮੇਵਾਰ ਹੋਣਗੇ ਲੜਕੀ 'ਤੇ, ਉਹਨਾਂ ਨੂੰ ਜੋ ਮਰਜ਼ੀ ਸਜ਼ਾ ਦਿੱਤੀ ਜਾਵੇ।
ਪਰ ਜ਼ਾਲਮ ਪੁਲਿਸ ਵਾਲੇ ਸਿੱਖ ਨੌਜਵਾਨ ਲੜਕੇ ਲੜਕੀਆਂ ਦੇ ਖੂਨ ਦੇ ਪਿਆਸੇ ਸਨ। ਉਹ ਸਿੱਖਾਂ ਨੂੰ ਕੋਹ ਕੋਹ ਕੇ ਮਾਰ ਕੇ ਆਪਣੇ ਮੋਢਿਆਂ 'ਤੇ ਸਟਾਰਾਂ ਦੀ ਗਿਣਤੀ 'ਚ ਵਾਧਾ ਕਰਨ 'ਤੇ ਲੱਗੇ ਹੋਏ ਸਨ। ਇਸ ਬਾਲੜੀ 'ਤੇ ਦੂਜੇ ਨਿਰਦੋਸ਼ ਨੌਜਵਾਨਾਂ ਦਾ ਹਸ਼ਰ ਮਿਤੀ 15 ਹਾੜ ਸੰਮਤ 524 28 ਜੂਨ 1992 ਦੀ ਅਖਬਾਰਾਂ ਦੀਆਂ ਸੁਰਖੀਆਂ ਰਾਹੀਂ ਸਾਹਮਣੇ ਆਇਆ। ਪੁਲਿਸ ਨੇ ਪੰਜਾਬ ਦੇ ਹੋਰਨਾਂ ਲੱਖਾਂ ਨੌਜਵਾਨਾਂ ਵਾਂਗ ਇਹਨਾਂ 'ਤੇ ਵੀ ਅੰਨਾ ਤਸ਼ੱਦਦ ਕਰਕੇ ਉਹਨਾਂ ਨੂੰ ਆਪਣੀਆਂ ਖੂਨ ਪੀਣੀਆਂ ਬੰਦੂਕਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾਇਆ। ਖਬਰਾਂ ਮੁਤਾਬਕ 3 ਹੋਰ ਨੌਜਵਾਨਾਂ ਸਮੇਤ ਸੁਲਤਾਨਵਿੰਡ ਪਿੰਡ ਦੀ ਇੱਕ ਲੜਕੀ ਪੁਲਿਸ ਮੁਕਾਬਲੇ 'ਚ ਮਾਰੀ ਗਈ। ਕੜੇ ਅਤੇ ਛਾਪ ਨੇ ਲਾਸ਼ ਬਾਰੇ ਦੱਸਿਆ। ਪੀੜਤ ਪਰਿਵਾਰ ਨੇ ਇਹ ਵੀ ਅਰਜ਼ੋਈਆਂ ਕੀਤੀਆਂ ਕਿ ਸਾਨੂੰ ਉਸਦੀ ਲਾਸ਼ ਹੀ ਦਿੱਤੀ ਜਾਵੇ, ਪਰ ਪੁਲਿਸ ਨੇ ਇਹ ਵੀ ਨਾ ਦਿੱਤੀ। ਪਤਾ ਨਾ ਲੱਗਿਆ ਕਿ ਲਾਸ਼ ਨੂੰ ਕਿੱਥੇ ਕਪਾਇਆ। ਕਈ ਦਿਨ ਪਰਿਵਾਰ ਅਤੇ ਸਿੱਖ ਨੌਜਵਾਨਾਂ ਨਾਲ ਹਮਦਰਦੀ ਰੱਖਣ ਵਾਲੇ ਲੋਕ ਸ਼ਹਿਰ ਦੇ ਸਿਵਿਆਂ ਦੀ ਰਾਖਾਂ ਫਰੋਲਦੇ ਰਹੇ। ਫਿਰ ਇੱਕ ਦਿਨ ਜਦੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਸੀਤਲਾ ਮੰਦਰ ਦੇ ਸਿਵਿਆਂ ਦੀ ਰਾਖ 'ਚ ਹੱਥ ਮਾਰ ਰਹੇ ਸਨ ਤਾਂ ਇੱਕ ਛਾਪ ਅਤੇ ਕੜਾ ਲੱਭਿਆ। ਕੜੇ ਦੇ ਆਕਾਰ ਤੋਂ ਪਤਾ ਲੱਗਦਾ ਸੀ ਕਿ ਕੋਈ ਮਾਸੂਮ ਦੀ ਲਾਸ਼ ਸਾੜੀ ਹੈ। ਨਿਰਮਲਜੀਤ ਕੌਰ ਨੇ ਛਾਪ ਅਤੇ ਕੜਾ ਪਹਿਚਾਣ ਲਿਆ ਅਤੇ ਸਪਸ਼ਟ ਹੋ ਗਿਆ ਕਿ ਹਰਪ੍ਰੀਤ ਕੌਰ ਵੀ ਹੋਰਨਾਂ ਕਈ ਹਜ਼ਾਰਾਂ ਨੌਜਵਾਨ ਬੱਚੇ ਬੱਚੀਆਂ ਸਮੇਤ ਅਣਪਛਾਤੀਆਂ ਲਾਸ਼ਾਂ ਦਾ ਇੱਕ ਹਿੱਸਾ ਬਣਾ ਦਿੱਤੀ। ਉਹਨਾਂ ਦੱਸਿਆ ਕਿ ਦੋਵੇਂ ਭੈਣਾਂ ਇੱਕੋ ਜਿਹੇ ਕੜੇ ਹੀ ਪਾਉਂਦੀਆਂ ਸਨ। ਇਹ ਕੜਾ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਖਰੀਦਿਆ ਸੀ। ਧਾਹਾਂ ਮਾਰਦੇ ਹੋਏ ਦਿਲ ਕਰੜਾ ਕਰਕੇ ਜ਼ਾਲਮ ਦਰਿੰਦਿਆਂ ਵੱਲੋਂ ਮਸਲ ਦਿੱਤੀ ਗਈ ਇੱਕ ਮਾਸੂਮ ਕਰੀ ਦੇ ਫੁੱਲ ਉਸਦੇ ਕੜੇ ਦੀ ਪਹਿਚਾਣ 'ਤੇ ਚੁਗੇ ਗਏ। ਇਨਸਾਫ ਤਾਂ ਮਿਲਣਾ ਹੀ ਕੀ ਸੀ, ਉਲਟਾ ਪੁਲਿਸ ਨਿੱਤ ਦਿਨ ਸਾਨੂੰ ਡਰਾਉਣ ਆ ਜਾਂਦੀ ਕਿ ਤੁਸੀਂ ਪੰਜਾਬ ਪੁਲਿਸ ਨੂੰ ਬਦਨਾਮ ਕਰ ਰਹੇ ਹੋ। ਇੱਥੇ ਤਾਂ ਇਨਸਾਫ ਅਦਾਲਤ ਰਾਹੀਂ ਨਹੀਂ ਸਿੰਘਾਂ ਵਾਲੇ ਢੰਗ ਨਾਲ ਹੀ ਮਿਲਦਾ ਹੈ। ਮੈਂ ਅੱਜ ਵੀ ਸ਼ਰੇਆਮ ਕਹਿੰਦੀ ਹਾਂ ਕਿ ਮੇਰੀ ਮਾਸੂਮ ਬੱਚੀ ਨੂੰ ਜ਼ਾਲਮ ਨੇ ਨਜਾਇਜ਼ ਤੌਰ 'ਤੇ ਮਾਰਿਆ। ਅਜੇ ਵੀ ਮ੍ਰਿਤਕ ਲੜਕੀ ਦੀ ਬਿਰਧ ਮਾਤਾ ਅਤੇ ਇਕਲੌਤੀ ਭੈਣ ਇਸ ਖੂਨੀ ਘਟਨਾ ਨੂੰ ਯਾਦ ਕਰਕੇ ਹੰਝੂ ਵਹਾਏ ਬਗੈਰ ਨਹੀਂ ਰਹਿ ਸਕਦੀਆਂ। ਸੁਲਤਾਨਵਿੰਡ ਇੱਕ ਅਜਿਹਾ ਇਤਿਹਾਸਕ ਪਿੰਡ ਹੈ ਜਿਸ ਨੇ ਹਰ ਸੰਗਰਾਮ ਵਿੱਚ ਆਪਣੀਆਂ ਕੁਰਬਾਨੀਆਂ ਨਾਲ ਹਿੱਸਾ ਪਾਇਆ। ਇਸ ਪਿੰਡ ਨੇ ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਹੋਣ ਲਈ, ਫਿਰ ਨਕਸਲਵਾੜੀ ਲਹਿਰ ਅਤੇ ਫਿਰ ਖਾੜਕੂ ਹਥਿਆਰਬੰਦ ਸੰਘਰਸ਼ ਲਈ ਸ਼ਹਾਦਤਾਂ ਦਾ ਜਾਮ ਪੀਣ ਵਾਲਿਆਂ ਨੂੰ ਜਨਮ ਦਿੱਤਾ। ਸੁਲਤਾਨਵਿੰਡ ਦਾ ਨਾਂ ਮਹਾਨ ਇਤਿਹਾਸਕ ਨਗਰਾਂ ਵਿੱਚ ਆਉਂਦਾ ਹੈ। ਸੁਲਤਾਨਵਿੰਡ ਦੇ 40 ਹੋਰ ਸ਼ਹੀਦਾਂ, ਜਿਨ੍ਹਾਂ 'ਚ ਭਾਈ ਅਮਰਜੀਤ ਸਿੰਘ, ਭਾਈ ਅਮਰਪਾਲ ਸਿੰਘ, ਭਾਈ ਅਨੂਪ ਸਿੰਘ, ਭਾਈ ਅਵਤਾਰ ਸਿੰਘ, ਭਾਈ ਬਲਵਿੰਦਰ ਸਿੰਘ, ਦੋ ਸਿੰਘਾਂ ਦੇ ਇੱਕੋ ਨਾਂ ਭਾਈ ਦਵਿੰਦਰ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਹਰਜਿੰਦਰ ਸਿੰਘ, ਭਾਈ ਜਰਨੈਲ ਸਿੰਘ, ਦੋ ਸਿੰਘਾਂ ਦੇ ਇੱਕੋ ਨਾਂ ਭਾਈ ਕਿਰਪਾਲ ਸਿੰਘ, ਭਾਈ ਕੁਲਦੀਪ ਸਿੰਘ, ਦੋ ਸਿੰਘਾਂ ਦੇ ਇੱਕੋ ਨਾਂ ਭਾਈ ਕੁਲਵੰਤ ਸਿੰਘ, ਭਾਈ ਲਖਵਿੰਦਰ ਸਿੰਘ, ਦੋ ਸਿੰਘਾਂ ਦੇ ਇੱਕੋ ਨਾਂ ਭਾਈ ਮਜਬੂਤ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਨਿਰੰਜਨ ਸਿੰਘ, ਭਾਈ ਪਿਆਰਾ ਸਿੰਘ, ਭਾਈ ਸਤ ਕਰਤਾਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਸੁਖਰਾਜ ਸਿੰਘ ਦੇ ਨਾਵਾਂ ਦਾ ਵੇਰਵਾ ਇਨਸਾਫ ਬਿਜਲਈ ਸੱਥ 'ਤੇ ਸ਼ਾਮਲ ਹੈ। ਸ਼ਹੀਦ ਮਾਤਾ ਗੁਰਦਿਆਲ ਕੌਰ ਭਵਾਨੀਗੜ੍ਹ, 6 ਪੋਹ ਸੰਮਤ 523, 31 ਦਸੰਬਰ 1991। ਸਮਾਂ ਰਾਤ ਦੇ 12 ਤੋਂ 1 ਵਜੇ ਦਾ। ਥਾਂ ਭਵਾਨੀਗੜ੍ਹ।
ਅੱਧੇ ਪੋਹ ਦੀਆਂ ਹੱਡ ਚੀਰਵੀਆਂ ਠੰਡੀਆਂ ਰਾਤਾਂ, ਉੱਤੋਂ ਪੈਂਦੀ ਸੰਘਣੀ ਧੁੰਦ ਅਤੇ ਤਰੇਲ ਹਨੇਰੇ ਦੀ ਪਰਤ ਨੂੰ ਹੋਰ ਸੰਘਣਾ ਕਰ ਰਹੀ ਸੀ। ਇਹ ਕਾਲੀਆਂ ਰਾਤਾਂ ਉਸ ਸਮੇਂ ਨੂੰ ਯਾਦ ਕਰਵਾ ਰਹੀਆਂ ਸਨ ਜਦੋਂ ਦਸਮ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ। ਫਿਰ ਚਾਰੇ ਸਾਹਿਬਜ਼ਾਦਿਆਂ ਅਤੇ ਵੱਡੀ ਪੱਧਰ 'ਤੇ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਸਨ। ਅੱਧੀ ਰਾਤ ਨੂੰ ਪੁਲਿਸ ਦੀਆਂ ਧਾੜਾਂ ਨੇ ਭਵਾਨੀਗੜ੍ਹ ਇੱਕ ਘਰ 'ਚ ਛਾਪੇਮਾਰੀ ਕੀਤੀ। ਪੁਲਿਸ ਤੋਂ ਜਾਨਾਂ ਬਚਾਉਣ ਲਈ ਪਰਿਵਾਰ ਦੇ ਮੈਂਬਰਾਂ 'ਚ ਭਗਦੜ ਮੱਚ ਗਈ। ਪਰਿਵਾਰ ਦੇ ਦੂਜੇ ਮੈਂਬਰ ਕਿੱਧਰੇ ਲੁੱਕ ਗਏ, ਸ਼ਾਇਦ ਹਨੇਰੇ ਕਾਰਨ ਪੁਲਿਸ ਨੂੰ ਪਤਾ ਨਾ ਲੱਗਿਆ। ਜਦੋਂ ਮਾਤਾ ਗੁਰਦਿਆਲ ਕੌਰ ਪੌੜੀਆਂ ਚੜ੍ਹ ਕੇ ਕੋਠੇ ਉੱਪਰ ਦੀ ਭੱਜਣ ਲੱਗੇ ਤਾਂ ਗੁੱਸੇ 'ਚ ਆਏ ਇੱਕ ਪੁਲਿਸੀਏ ਨੇ ਉਹਨਾਂ ਨੂੰ ਜ਼ੋਰ ਨਾਲ ਧੱਕਾ ਮਾਰਿਆ। ਉਹ ਥਾਂ ਡਿੱਗ ਪਏ ਅਤੇ ਡਿੱਗਦਿਆਂ ਹੀ ਮੌਤ ਹੋ ਗਈ। ਮਾਤਾ ਦਾ ਕਸੂਰ ਇਹ ਸੀ ਕਿ ਉਹਨਾਂ ਦਾ ਇੱਕ ਦਿਓਰ ਖਾੜਕੂ ਲਹਿਰ ਵਿੱਚ ਸਰਗਰਮ ਸੀ। ਮੈਂ ਉਸ ਵੇਲੇ 17 ਸਾਲਾਂ ਦਾ ਸੀ। ਧੱਕੇਸ਼ਾਹੀ ਕਰਨਾ ਤਾਂ ਪੁਲਿਸ ਦਾ ਦਿਨ ਰਾਤ ਦਾ ਹੀ ਕੰਮ ਸੀ, ਪਰ ਉਸ ਦਿਨ ਤਾਂ ਕਿਸੇ ਨੂੰ ਚੱਕ ਲਿਜਾ ਕੇ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੀ ਸਕੀਮ ਬਣਾਈ ਲੱਗਦੀ ਸੀ। ਮਾਤਾ ਦਾ ਬੇਟਾ ਅਵਤਾਰ ਸਿੰਘ ਕਾਵਦੀਆਂ ਦੱਸਦੇ ਨੇ, ਸ਼ਾਇਦ ਮਾਤਾ ਦੀ ਕੁਰਬਾਨੀ ਨੇ ਦੂਜਿਆਂ ਨੂੰ ਬਚਾ ਲਿਆ। ਮਾਤਾ ਗੁਰਦਿਆਲ ਕੌਰ ਦਾ ਜਨਮ ਭਵਾਨੀਗੜ੍ਹ ਨੇੜੇ ਪਿੰਡ ਮਾਝੀ ਵਿੱਚ ਹੋਇਆ। ਉਹਨਾਂ ਦੇ ਪਤੀ ਸਰਦਾਰ ਜੰਗ ਸਿੰਘ ਦਾ ਕਿਰਸਾਨੀ ਅਤੇ ਟਰੱਕਾਂ ਆਦਿ ਦਾ ਕੰਮ ਸੀ। ਜੰਗ ਸਿੰਘ ਦੀਆਂ ਦੋ ਭੈਣਾਂ ਅਤੇ ਤਿੰਨ ਭਰਾ ਭਰਪੂਰ ਸਿੰਘ, ਮੱਘਰ ਸਿੰਘ ਅਤੇ ਗੁਰਤੇਜ ਸਿੰਘ ਸਨ। ਦਿਓਰ ਦਾ ਖਾੜਕੂ ਲਹਿਰ ਵੱਲ ਰੁਝਾਨ। ਇਸ ਕਸਬੇ ਦੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਗੁਰੂ ਤੇਗ ਬਹਾਦਰ ਕਾਲਜ ਹੈ, ਜਿੱਥੇ ਸਭ ਤੋਂ ਛੋਟੇ ਗੁਰਤੇਜ ਸਿੰਘ ਨੇ ਪੜ੍ਹਾਈ ਲਈ ਦਾਖਲਾ ਲਿਆ। ਇੱਕ ਪ੍ਰੋਫੈਸਰ ਸੁਖਜਿੰਦਰ ਸਿੰਘ ਨੂੰ ਸਿੱਖਾਂ ਦੀ ਨਸਲ ਦੇ ਕੀਤੇ ਜਾ ਰਹੇ ਨਾਸ਼ ਦਾ ਦਰਦ ਸੀ। ਉਸ ਦਾ ਗੁਰਤੇਜ ਸਿੰਘ ਨਾਲ ਰਾਬਤਾ ਹੋਇਆ, ਜਿੱਥੋਂ ਉਸ ਨੂੰ ਲਹਿਰ ਪ੍ਰਤੀ ਜਗਿਆਸਾ ਪੈਦਾ ਹੋਈ ਅਤੇ ਉਸ ਨੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸਾਹਿਤ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਭਵਾਨੀਗੜ੍ਹ ਇਕਾਈ ਦਾ ਗਠਨ ਕੀਤਾ। ਚੰਗਾ ਬੁਲਾਰਾ ਅਤੇ ਆਗੂ ਵਾਲੇ ਗੁਣ ਹੋਣ ਕਾਰਨ ਗੁਰਤੇਜ ਸਿੰਘ ਨੂੰ ਸ਼ਹਿਰ ਦੀ ਇਕਾਈ ਦਾ ਪ੍ਰਧਾਨ ਚੁਣ ਲਿਆ। ਗੁਰਦੁਆਰਾ ਸਾਹਿਬ 'ਚ ਹੀ ਫੈਡਰੇਸ਼ਨ ਦਾ ਦਫ਼ਤਰ ਬਣਾ ਦਿੱਤਾ। ਜਿਵੇਂ ਜਿਵੇਂ ਪੁਲਿਸ ਉਸਦੇ ਪਿੱਛੇ ਪੈਂਦੀ ਰਹੀ ਤਾਂ ਉਹ ਅੱਗੇ ਵੱਧਦਾ ਗਿਆ। ਗੁਰਤੇਜ ਸਿੰਘ 1991 'ਚ ਰੂਹਪੋਸ਼ ਹੋ ਕੇ ਪੰਥ ਲਈ ਸਮਰਪਿਤ ਹੋ ਗਿਆ। ਉਹਨਾਂ ਦੀਆਂ ਹਥਿਆਰਬੰਦ ਕਾਰਵਾਈਆਂ ਨਾਲ ਪੁਲਿਸ ਨੂੰ ਧੁੜਕੂ ਲੱਗੇ ਰਹਿੰਦੇ। ਅਖੀਰ ਉਹਨਾਂ ਨੂੰ 1993 ਵਿੱਚ ਮਨੀਪੁਰ ਤੋਂ ਗ੍ਰਿਫਤਾਰ ਕਰ ਲਿਆ ਅਤੇ ਫਿਰ ਅੰਨਾ ਤਸ਼ੱਦਦ ਢਾ ਕੇ ਹੋਰਨਾਂ ਸਿੱਖ ਨੌਜਵਾਨਾਂ ਵਾਂਗ ਕਿਤੇ ਖਪਾ ਦਿੱਤਾ। ਇਸ ਤਰ੍ਹਾਂ ਮਾਤਾ ਗੁਰਦਿਆਲ ਕੌਰ ਅਤੇ ਗੁਰਤੇਜ ਸਿੰਘ ਸਿੱਖ ਪੰਥ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਭਵਾਨੀਗੜ੍ਹ ਦੇ ਦੋ ਹੋਰ ਨੌਜਵਾਨ ਭਾਈ ਭੁਪਿੰਦਰ ਸਿੰਘ ਉਮਰ 22 ਸਾਲ ਨੂੰ 13 ਮਾਘ ਸੰਮਤ 523 26 ਜਨਵਰੀ 1992 ਨੂੰ ਅਤੇ ਭਾਈ ਹਰਪਾਲ ਸਿੰਘ ਉਮਰ 35 ਸਾਲ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ 1 ਮਾਤਾ ਗੁਰਦਿਆਲ ਕੌਰ, 2 ਭਾਈ ਗੁਰਤੇਜ ਸਿੰਘ ਦਿਓਰ। ਸ਼ਹੀਦ ਬੀਬੀ ਕਿਰਪਾਲ ਕੌਰ ਸ਼ੇਰਾਂ ਵਾਲੀ। ਸਮਾਂ ਜੂਨ 1993 ਦੀ ਰਾਤ, ਪਿੰਡ ਖੇਮਾ ਖੇੜਾ ਕੋਲ ਲੰਘ ਦਾ ਰਜਵਾਹਾ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਲੋਟ ਇਲਾਕੇ ਦੇ ਪਿੰਡ ਖੇਮਾ ਖੇੜਾ ਕੋਲ ਦੀ ਲੰਘ ਦੇ ਰਜਵਾਹੇ 'ਤੇ ਰਾਤ ਨੂੰ ਪੁਲਿਸ ਮੁਕਾਬਲਾ ਹੋਇਆ, ਪਰ ਇਹ ਆਮ ਪੁਲਿਸ ਦੇ ਝੂਠੇ ਮੁਕਾਬਲਿਆਂ ਦੀ ਬਜਾਏ ਸੱਚਾ ਮੁਕਾਬਲਾ ਸੀ। ਕਾਫ਼ੀ ਚਿਰ ਗੋਲੀਬਾਰੀ ਹੁੰਦੀ ਰਹੀ। ਹਥਿਆਰਬੰਦ ਖਾੜਕੂ
ਨਿਕਲਣ ਵਿੱਚ ਸਫਲ ਹੋ ਗਏ ਪਰ ਕੁਝ ਪੁਲਿਸ ਵਾਲੇ ਮਾਰੇ ਗਏ। ਪੁਲਿਸ ਮੁਕਾਬਲੇ ਬਾਅਦ ਕੀ ਹੋਇਆ? ਪੁਲਿਸ ਵਾਲਿਆਂ ਨੇ ਰੱਜ ਕੇ ਸ਼ਰਾਬ ਪੀਤੀ ਅਤੇ ਅੱਧੀ ਰਾਤ ਤੱਕ ਲੰਬੀ ਤੋਂ 15 ਕਿਲੋਮੀਟਰ ਦੂਰ ਅਬੋਹਰ ਸੜਕ ਸਥਿਤ ਪਿੰਡ ਸ਼ੇਰਾਂ ਵਾਲੀ, ਉਸ ਵੇਲੇ ਪਿੰਡ ਦਾ ਨਾਂ ਕੁੱਤਿਆਂ ਵਾਲੀ ਸੀ, ਵਿੱਚ ਇੱਕ ਘਰ 'ਤੇ ਧਾਵਾ ਬੋਲ ਦਿੱਤਾ। ਘਰ 'ਚ ਮੌਜੂਦ ਬੀਬੀ ਕਿਰਪਾਲ ਕੌਰ ਅਤੇ ਉਸਦੇ ਪਤੀ ਗੁਰਮੇਜ ਸਿੰਘ ਨੂੰ ਬੇਰਹਿਮੀ ਨਾਲ ਕੁੱਟਿਆ। ਥਾਣੇਦਾਰ ਕੁਲਦੀਪ ਸਿੰਘ ਅਤੇ ਹੋਰ ਪੁਲਿਸ ਵਾਲੇ ਦਾਰੂ 'ਚ ਟੁੰਨ ਸਨ, ਉਹ ਖੂਨ ਦੇ ਪਿਆਸੇ ਸੀ। ਮੇਰੀ ਮਾਂ ਅਤੇ ਬਾਪੂ ਦੀ ਦਿਲ ਪਾੜਵੀਆਂ ਹਾਏ ਬਹੁ ਵਾਲੀਆਂ ਚੀਕਾਂ ਸੁਣੀਆਂ ਨਹੀਂ ਸਨ ਜਾ ਰਹੀਆਂ। ਦੋਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਧੂ ਕੇ ਗੱਡੀ ਵਿੱਚ ਸੁੱਟ ਕੇ ਲੈ ਗਏ। ਉਹ ਬੇਹੋਸ਼ ਸਨ, ਹੋ ਸਕਦਾ ਮਾਤਾ ਜੀ ਉਸ ਵੇਲੇ ਹੀ ਮਰ ਗਏ ਹੋਣ। ਇਹ ਸਾਰੇ ਘਟਨਾਕ੍ਰਮ ਦੇ ਚਸ਼ਮਦੀਦ ਗਵਾਹ ਬੀਬੀ ਕਿਰਪਾਲ ਕੌਰ ਦੇ ਪੁੱਤਰ ਬਲਵਿੰਦਰ ਸਿੰਘ ਦੇ ਸ਼ਬਦ ਹਨ। ਬੀਬੀ ਦੀ ਉਮਰ ਉਸ ਵੇਲੇ 37 ਕੁ ਸਾਲ ਅਤੇ ਉਹਨਾਂ ਦੇ ਇਸ ਪੁੱਤਰ ਦੀ ਉਮਰ 10 ਸਾਲ ਸੀ। ਸਵੇਰ ਹੁੰਦਿਆਂ ਹੀ ਪਿੰਡ ਅਤੇ ਇਲਾਕੇ ਦੇ ਮੋਹਤਬਾਰ ਲੰਬੀ ਥਾਣੇ ਪੁੱਜ ਕੇ ਥਾਣੇਦਾਰ ਕੁਲਦੀਪ ਸਿੰਘ ਨੂੰ ਮਿਲੇ ਤਾਂ ਉਹ ਗ੍ਰਿਫਤਾਰੀ ਤੋਂ ਸਾਫ਼ ਮੁੱਕਰ ਗਿਆ। ਮੋਹਤਬਰਾਂ ਵੱਲੋਂ ਵਾਰ ਵਾਰ ਕਹਿਣ 'ਤੇ ਟਾਲਾ ਵੱਟਦਿਆਂ ਪਤਾ ਕਰਕੇ ਦੱਸਣ ਦਾ ਝੂਠ ਬੋਲ ਕੇ ਵਾਪਸ ਮੋੜ ਦਿੱਤੇ। ਪਰਿਵਾਰ ਪਿਛੋਕੜ। ਕਿਰਪਾਲ ਕੌਰ ਦਾ ਜਨਮ ਪਿੰਡ ਕੋਟ ਭਾਈ 'ਚ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਦੋ ਭਰਾ ਹੋਰ ਪ੍ਰਕਾਸ਼ ਸਿੰਘ ਅਤੇ ਜੀਤ ਸਿੰਘ ਸਨ। ਕਿਰਪਾਲ ਕੌਰ ਨੇ ਉਸ ਵੇਲੇ ਮਿਡਲ ਸਕੂਲ ਤੱਕ ਪੜ੍ਹਾਈ ਕੀਤੀ। ਉਹਨਾਂ ਦਾ ਵਿਆਹ ਕਿਰਸਾਨੀ ਨਾਲ ਸੰਬੰਧਿਤ ਪਿੰਡ ਕੁੱਤਿਆਂ ਵਾਲੀ ਵਾਸੀ ਗੁਰਮੇਜ ਸਿੰਘ ਨਾਲ ਹੋਇਆ। ਦੋ ਧੀਆਂ ਹਰਬੰਸ ਕੌਰ, ਸੁਖਪ੍ਰੀਤ ਕੌਰ ਅਤੇ ਪੁੱਤਰ ਬਲਵਿੰਦਰ ਸਿੰਘ ਨੇ ਜਨਮ ਲਿਆ। ਪਿੰਡ ਵਾਲੇ ਕਿਰਪਾਲ ਕੌਰ ਬਾਰੇ ਦੱਸਦੇ ਹਨ ਕਿ ਉਹ ਰੱਬ ਦੀ ਭਗਤਣੀ ਸੀ, ਹਰ ਸਮੇਂ ਪਾਠ ਦਾ ਜਾਪ ਕਰਦੀ ਰਹਿੰਦੀ ਅਤੇ ਗੁਰਦੁਆਰਾ ਸਾਹਿਬ ਵੀ ਨੰਗੇ ਪੈਰ ਜਾਂਦੇ ਸਨ। ਬੀਬੀ ਕਿਰਪਾਲ ਕੌਰ ਦਾ ਕੀ ਕਸੂਰ ਸੀ? ਉਹਨਾਂ ਦੇ ਪੇਕੇ ਪਿੰਡ ਕੋਟ ਭਾਈ ਦਾ ਕਿਰਤ ਕਰਨ ਵਾਲਾ ਪਰਿਵਾਰ ਘੁੱਗ ਵੱਸ ਰਿਹਾ ਸੀ ਕਿ ਪਰਿਵਾਰ ਨਾਲ ਸਮਾਜਿਕ ਤੌਰ 'ਤੇ ਧੱਕੇਸ਼ਾਹੀ ਹੋਣ ਕਾਰਨ ਪ੍ਰਕਾਸ਼ ਸਿੰਘ ਪਾਸਾ ਦੇ ਖੂਨ ਨੇ ਉਬਾਲਾ ਖਾਧਾ। ਉਹਨਾਂ ਨੇ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਸਬਕ ਸਿਖਾ ਦਿੱਤਾ। ਫਿਰ ਉਸਦਾ ਹਥਿਆਰਬੰਦ ਸੰਘਰਸ਼ੀਆਂ ਨਾਲ ਮੇਲ ਜੋਲ ਸ਼ੁਰੂ ਹੋਇਆ। ਉਹਨਾਂ ਦੀਆਂ ਕਾਰਵਾਈਆਂ ਦੇਖਦਿਆਂ ਉਹਨਾਂ ਨੂੰ ਖਾਲਿਸਤਾਨ ਕਮਾਂਡੋ ਫੋਰਸ ਜਫਰਵਾਲ ਵਿੱਚ ਸ਼ਾਮਲ ਕਰ ਲਿਆ। ਪੁਲਿਸ ਨੇ ਉਹਨਾਂ ਦਾ ਘਰ ਉਜਾੜ ਦਿੱਤਾ ਤਾਂ ਉਹਨਾਂ ਦਾ ਦੂਜਾ ਭਰਾ ਜੀਤ ਸਿੰਘ ਕਦੇ ਕਦਾਈਂ ਆਪਣੀ ਭੈਣ ਦੇ ਸਹੁਰੇ ਪਿੰਡ ਕੁੱਤਿਆਂ ਵਾਲੀ ਆ ਜਾਂਦਾ। ਭਰਾ ਦਾ ਝੂਠਾ ਪੁਲਿਸ ਮੁਕਾਬਲਾ। ਫਾਜ਼ਿਲਕਾ ਇਲਾਕੇ ਦੀ ਪੁਲਿਸ ਨੇ ਪਿੰਡ ਕੁੱਤਿਆਂ ਵਾਲੀ, ਸ਼ੇਰਾਂ ਵਾਲੀ ਛਾਪੇਮਾਰੀ ਕਰਕੇ ਕਿਰਪਾਲ ਕੌਰ ਦੇ ਘਰੋਂ ਉਹਨਾਂ ਦੇ ਭਰਾ ਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਰਿਸ਼ਤੇਦਾਰ ਪਰਿਵਾਰ ਨੇ ਭਾਲ ਕੀਤੀ ਤਾਂ ਪੁਲਿਸ ਨੇ ਖੂਨ ਨਾਲ ਲੱਥ ਪੱਥ ਕੱਪੜੇ ਦਿੰਦਿਆਂ ਦੱਸਿਆ ਕਿ ਉਸ ਨੂੰ ਰਾਤ ਵੇਲੇ ਪੁਲਿਸ ਮੁਕਾਬਲਾ ਬਣਾ ਕੇ ਲਾਸ਼ ਨੂੰ ਨਹਿਰ ਵਿੱਚ ਰੋੜ ਦਿੱਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਉਸ ਦੀ ਭਾਲ ਨਾ ਕਰ। ਪੁਲਿਸ ਹਿਰਾਸਤ 'ਚ ਕੀ ਬੀਤੀ? 3-4 ਦਿਨਾਂ ਬਾਅਦ ਫਿਰ ਮੋਹਤਬਰ ਗਏ ਤਾਂ ਪੁਲਿਸ ਅਫਸਰ ਨੇ ਖੁੰਝੇ ਪਏ ਕੱਪੜਿਆਂ ਵੱਲ ਡੰਡੇ ਨਾਲ ਇਸ਼ਾਰਾ ਕਰਦਿਆਂ ਕਿਹਾ ਕਿ ਮਰ ਗਈ ਹੈ, ਜੇ ਲਾਸ਼ ਲਿਜਾਣੀ ਹਾਂ ਤਾਂ ਲੈ ਜਾਓ। ਬੇਵੱਸ ਲੋਕਾਂ ਕੋਲ ਲਾਸ਼ ਚੁੱਕਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਸੀ ਰਿਹਾ। ਉਹਨਾਂ ਲਾਸ਼ ਚੁੱਕੀ ਅਤੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਸੰਸਕਾਰ ਕਰ ਦਿੱਤਾ। ਪੁਲਿਸ ਦੇ ਜ਼ੁਲਮ ਨਾਲ ਪਤੀ ਦੀ ਮੌਤ। ਕੁਝ ਸਮੇਂ ਬਾਅਦ ਸ਼ਹੀਦ ਬੀਬੀ ਕਿਰਪਾਲ ਕੌਰ ਦੇ ਪਤੀ ਨੂੰ ਛੱਡਿਆ ਪਰ ਅਥਾਹ ਤਸ਼ੱਦਦ ਕਾਰਨ
ਉਹ ਵੀ ਬਹੁਤ ਚਿਰ ਜੀ ਨਾ ਸਕੇ। ਪਰਿਵਾਰਕ ਮੈਂਬਰ ਦੇ ਖੂਨ ਨਾਲ ਪਿਆਸ ਬੁਝਾਈ। SSP ਰੰਧਾਵਾ ਆਪ ਮਲੋਟ ਆ ਕੇ ਰਹਿਣ ਲੱਗਿਆ ਅਤੇ ਪ੍ਰਕਾਸ਼ ਸਿੰਘ ਪਾਸਾ ਦੇ ਖੂਨ ਦਾ ਤਿਹਾਇਆ ਬਣ ਗਿਆ। 1994 ਵਿੱਚ ਜਦੋਂ ਪ੍ਰਕਾਸ਼ ਸਿੰਘ ਅਤੇ ਉਹਨਾਂ ਦਾ ਸਾਥੀ ਜੀਤ ਸਿੰਘ ਵਾਸੀ ਲਾਲਚੀਆਂ ਪਿੰਡ ਅਰਨੀਵਾਲਾ ਦੇ ਖੇਤ 'ਚ ਲੱਗੀ ਮੋਟਰ 'ਤੇ ਨਹਾ ਰਹੇ ਸਨ ਤਾਂ ਪੁਲਿਸ ਵੱਲੋਂ ਪਹਿਲਾਂ ਹੀ ਇਹਨਾਂ ਨਾਲ ਖਾੜਕੂਆਂ ਦੇ ਭੇਸ ਵਿੱਚ ਘੁਸਪੈਠ ਕਰਵਾਏ। ਮੁਖਬਰ ਨੇ ਉਹਨਾਂ ਦੇ ਹਥਿਆਰ ਪਾਸੇ ਕਰਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਦੀਆਂ ਧਾੜਾਂ ਆਈਆਂ ਨੇ ਹੱਥਿਆਂ ਨੂੰ ਗੋਲੀਆਂ ਮਾਰੀਆਂ, ਲਾਸ਼ਾਂ ਨੂੰ ਸੁਲਤਾਨਪੁਰ ਲੋਧੀ ਲੈ ਗਏ। ਮੋਤਬਰਾਂ ਰਿਸ਼ਤੇਦਾਰਾਂ ਨੂੰ ਲਾਸ਼ਾਂ ਵਿਖਾ ਕੇ ਸੰਸਕਾਰ ਵੀ ਪੁਲਿਸ ਨੇ ਆਪ ਹੀ ਕਰ ਦਿੱਤਾ। ਇਸ ਤਰ੍ਹਾਂ ਬੀਬੀ ਕਿਰਪਾਲ ਕੌਰ, ਉਹਨਾਂ ਦੇ ਦੋਹੇ ਭਰਾ ਪ੍ਰਕਾਸ਼ ਸਿੰਘ ਪਾਸਾ, ਜੀਤ ਸਿੰਘ ਅਤੇ ਪਤੀ ਗੁਰਮੇਜ ਸਿੰਘ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਪੁਲਿਸ ਜ਼ੁਲਮ ਦਾ ਸ਼ਿਕਾਰ ਪਰਿਵਾਰਕ ਮੈਂਬਰ 1 ਕਿਰਪਾਲ ਕੌਰ, 2 ਭਾਈ ਗੁਰਮੇਜ ਸਿੰਘ ਪਤੀ, 3 ਭਾਈ ਪ੍ਰਕਾਸ਼ ਸਿੰਘ ਪਾਸਾ ਭਰਾ, 4 ਭਾਈ ਜੀਤ ਸਿੰਘ ਭਰਾ। ਕਿਤਾਬ ਕੌਰਨਾਮਾ, ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਭਾਗ 16, ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।